सारे मिल के चलोंगे तो असी 2022 दे विच कोई ना कोई इतिहास सिरज सकते हैं। जे असी मिल के ना चले एक दूजे दे लत्तां खिंची गए फिर कोई रिजल्ट आना बहुत ही वड्डी गल नज़र नहीं आती। नवजोत सिद्धू ने प्रधानगी देती है, कैप्टन साहब मुख्यमंत्री ने दो जिहड़े एक दो पहीए ने एक गड्डे दे ये दोए पहीए जे रल के काम करनगे तां चंगा होगा। भारतीय जनता पार्टी के जितों नील जोशी लड़ता सी अकाली दल ने वो टिकट BSP नूं देती है, भारतीय जनता पार्टी ने उन्हें बाहर कढ़ दिता है। किसानों ने यह कहा वा सी कि साडे मंच के उत्ते कोई सियासी आगू आ ही नहीं सकता। एक अरविंद केजरीवाल तो छड के सिंघू बॉर्डर के उत्ते केजरीवाल बोलिया जाके उन्होंने मंच से पता नहीं उत्थे उहदी सरकार होण करके उन्हें कोई सहयोग दिता होना। D5 चैनल पंजाबी देख रहे सारे दर्शकों का स्वागत है, मैं सुखवीर सिंह। ਸਾਡੇ ਨਾਲ ਪੰਜਾਬ ਦੇ ਵੱਖੋ ਵੱਖਰੇ ਮੁੱਦਿਆਂ ਦੇ ਚਰਚਾ ਕਰਨੀ ਨੇ ਜਸਪਾਲ ਸਿੰਘ ਢਿੱਲੋਂ ਜੀ, ਸਰ ਤੁਹਾਡਾ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ। ਢਿੱਲੋਂ ਸਾਹਿਬ, ਹੁਣ ਜਿਸ ਤਰ੍ਹਾਂ ਹਰੀਸ਼ ਰਾਵਤ ਨੇ ਇੱਕ ਟਵੀਟ ਕੀਤਾ, ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਪ੍ਰਧਾਨ ਹੀ ਬਦਲਿਆ, ਬਾਕੀ ਸਾਰੇ ਅਹੁਦੇਦਾਰ ਨੇ ਜਿਹੜੇ ਉਹ ਉਸੇ ਤਰ੍ਹਾਂ ਨੇ ਅਤੇ ਬਾਕੀ ਕੰਮ ਵੀ ਉਸੇ ਤਰ੍ਹਾਂ ਚੱਲਦਾ ਰਹੇਗਾ, ਉਹਦੇ ਬਾਰੇ ਕੀ ਕਹਿਣਾ ਜੀ? ਦੇਖੋ, ਹਰੀਸ਼ ਰਾਵਤ ਨੇ ਜਿਹੜਾ ਇਹ ਟਵੀਟ ਕੀਤਾ ਹੈਗਾ ਉਹਦੇ ਵਿੱਚ ਕਈ ਗੱਲਾਂ ਨਜ਼ਰ ਆਉਂਦੀਆਂ ਨੇ। ਇੱਕ ਤਾਂ ਉਹਨਾਂ ਨੇ ਕਿਹਾ ਕਿ ਪ੍ਰਧਾਨ ਇੱਥੇ ਬਦਲ ਚੁੱਕਿਆ ਹੈਗਾ, ਉਹ ਸਾਰਿਆਂ ਨੂੰ ਦਿਸਦਾ ਵੀ ਪ੍ਰਧਾਨ ਬਦਲ ਗਿਆ ਹੈਗਾ, ਲੇਕਿਨ ਜਿਹੜੇ ਬਾਕੀ ਆਗੂ ਆ ਕਹਿੰਦਾ ਵੀ ਆਪਣੀ ਜ਼ਿੰਮੇਵਾਰੀ ਸਮਝੋ, ਸਾਰੇ ਜਣੇ ਇੱਕ ਟੀਮ ਵਰਕ ਵਜੋਂ ਕੰਮ ਕਰੋ, ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲੋ, ਜੇ ਮਿਲ ਕੇ ਚੱਲੋਗੇ ਤਾਂ ਉੱਥੇ ਕੈਪਟਨ ਸਾਹਿਬ ਤੋਂ ਵੀ ਤੁਸੀਂ ਗਾਈਡੈਂਸ ਲਓ, ਸਾਰੇ ਮਿਲ ਕੇ ਚੱਲੋਗੇ ਤਾਂ ਅਸੀਂ 2022 ਦੇ ਵਿੱਚ ਕੋਈ ਨਾ ਕੋਈ ਇਤਿਹਾਸ ਸਿਰਜ ਸਕਦੇ ਹਾਂ। ਜੇ ਅਸੀਂ ਮਿਲ ਕੇ ਨਾ ਚੱਲੇ ਇੱਕ ਦੂਜੇ ਦੇ ਲੱਤਾਂ ਖਿੱਚੀ ਗਏ ਫਿਰ ਕੋਈ ਰਿਜ਼ਲਟ ਆਉਣਾ ਬਹੁਤ ਹੀ ਵੱਡੀ ਗੱਲ ਨਜ਼ਰ ਨਹੀਂ ਆਉਂਦੀ। ਉਹਦਾ ਇਹ ਬਿਆਨ ਦਾ ਮਾਇਨਾ ਇਹ ਹੈ, ਮੈਨੂੰ ਲੱਗਦਾ ਕਿ ਕੱਲ੍ਹ ਸਹੁੰ ਚੁੱਕ ਸਮਾਗਮ ਦੇ ਵਿੱਚ ਕਈ ਵਾਰ ਥੋੜ੍ਹਾ ਬਹੁਤਾ ਜਿਹੜਾ ਵਾਪਰਿਆ ਹੈਗਾ ਉਹਨੂੰ ਲੈ ਕੇ ਉਹਨਾਂ ਨੇ ਇਹ ਟਵੀਟ ਕੀਤਾ ਹੈਗਾ ਕਿ ਹੁਣ ਸਾਰੇ ਜਣੇ ਕੰਮ ਕਰੋ, ਨਵਜੋਤ ਸਿੱਧੂ ਨੂੰ ਪ੍ਰਧਾਨਗੀ ਦੇਤੀ ਹੈ, ਕੈਪਟਨ ਸਾਹਿਬ ਮੁੱਖ ਮੰਤਰੀ ਨੇ ਦੋ ਜਿਹੜੇ ਇੱਕ ਦੋ ਪਹੀਏ ਨੇ ਇੱਕ ਗੱਡੇ ਦੇ ਇਹ ਦੋਏ ਪਹੀਏ ਜੇ ਰਲ ਕੇ ਕੰਮ ਕਰਨਗੇ ਤਾਂ ਚੰਗਾ ਹੋਵੇਗਾ। ਪਤਾ ਲੱਗਿਆ ਕਿ ਕੁਝ ਸਲਾਹਕਾਰਾਂ ਵਗੈਰਾ ਦੀ ਵੀ ਬਦਲੀ ਜਿਹੜੀ ਹੈ ਅੱਜ ਕੈਪਟਨ ਸਾਹਿਬ ਨੇ ਕੀਤੀ ਹੈ, ਉਹ ਕਿਹੜੇ ਕਿਹੜੇ ਦੀ ਕੀਤੀ ਹੈ ਇਹਦੇ ਬਾਰੇ ਮਤਲਬ ਜਲਦੀ ਪਤਾ ਲੱਗ ਜਾਏਗਾ ਕਿ ਕਿਹਨੂੰ ਕੀਤਾ। ਇਹਦਾ ਮਤਲਬ ਜਿਹੜਾ ਕੱਲ੍ਹ ਦਾ ਸਮਾਗਮ ਹੋਇਆ ਜਦੋਂ ਕੱਲ੍ਹ ਨਵਜੋਤ ਸਿੱਧੂ ਨੇ ਕਿਹਾ ਕਿ ਆਹ ਗੱਲਾਂ ਅਸੀਂ ਕਰਨੀਆਂ ਨੇ, ਬੇਅਦਬੀ ਵਾਲਾ ਨਹੀਂ ਹੋਇਆ, ਨਸ਼ਿਆਂ ਵਾਲਾ ਨਹੀਂ ਹੋਇਆ, 1831 ਪ੍ਰੋਗਰਾਮ ਦੀ ਗੱਲ ਕੀਤੀ ਹੈ, ਤਾਂ ਜਿਹੜੀ ਗੱਲ ਸਭ ਤੋਂ ਜ਼ਿਆਦਾ ਸੁਨੀਲ ਜਾਖੜ ਨੇ ਕੀਤੀ, ਸੁਨੀਲ ਜਾਖੜ ਜੀ ਕਹਿੰਦੇ ਨੇ ਕਿ ਸਾਨੂੰ ਜਿਹੜਾ ਹੈਗਾ ਲਾਲ ਫੀਤਾ ਸ਼ਾਹੀ ਰੈੱਡ ਟੇਪ, ਉਹਨਾਂ ਨੇ ਜਿਹੜਾ ਹੈਗਾ ਸਾਨੂੰ ਗੁੰਮਰਾਹ ਕੀਤਾ ਤੁਹਾਨੂੰ ਅਤੇ ਚੱਲਣ ਨਹੀਂ ਦਿੱਤੇ। ਅੱਜ ਜੇ ਨਿਰਾਸ਼ਤਾ ਹੈਗੀ ਹੈ ਉਹ ਅਫਸਰਸ਼ਾਹੀ ਕਰਕੇ ਹੈ, ਉਹਦੇ ਵਿੱਚੋਂ ਬਾਹਰ ਨਿਕਲੋ, ਉਹਦੇ ਆਪਣੇ ਆਪ ਹੀ ਬਹੁਤ ਵੱਡੇ ਮਾਣੇ ਨੇ। ਇਸ ਕਰਕੇ ਸਾਨੂੰ ਚਾਹੀਦਾ ਕਿ ਅਸੀਂ ਜੇ ਇਹ ਰਲ ਕੇ ਚੱਲਣਗੇ ਕਰਨਗੇ ਤਾਂ ਕੁਛ ਨਾ ਕੁਛ ਹੋ ਸਕਦਾ, ਨਹੀਂ ਤਾਂ ਕੋਈ ਬਹੁਤੀ ਆਸ ਰੱਖਣੀ ਫਜ਼ੂਲ ਦੀ ਗੱਲ ਹੋਵੇਗੀ। ਇਸ ਦੇ ਚੱਲਦੇ ਸੁਨੀਲ ਜਾਖੜ ਦਾ ਇੱਕ ਹੋਰ ਵੀ ਬਿਆਨ ਆਇਆ, ਉਹ ਕਹਿੰਦੇ ਸਾਡੇ ਦੋ ਵਿਧਾਇਕ ਨੇ ਜਿਨ੍ਹਾਂ ਦੀਆਂ ਮੀਟਿੰਗਾਂ ਬਾਹਰਲੇ ਪਾਰਟੀਆਂ ਦੇ ਜਿਹੜੇ ਉਹ ਮੰਤਰੀ ਨੇ ਉਹਨਾਂ ਦੇ ਨਾਲ ਚੱਲਦੀਆਂ ਨੇ, ਉਹਦੇ ਬਾਰੇ ਕੀ ਕਹਿਣਾ? ਦੇਖੋ, ਇਹ ਇਲਜ਼ਾਮਬਾਜ਼ੀ ਜਿਹੜੀ ਹੈ ਨਾ ਉਹ ਲੱਗਦੀ ਰਹਿੰਦੀ ਹੁੰਦੀ ਹੈ, ਕਿਉਂਕਿ 2022 ਆ ਰਿਹਾ ਹੈ। ਜਿਵੇਂ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿੱਥੋਂ ਨੀਲ ਜੋਸ਼ੀ ਲੜਦਾ ਸੀ ਅਕਾਲੀ ਦਲ ਨੇ ਉਹ ਟਿਕਟ BSP ਨੂੰ ਦਿੱਤੀ ਹੈ, ਭਾਰਤੀ ਜਨਤਾ ਪਾਰਟੀ ਨੇ ਉਹਨੂੰ ਬਾਹਰ ਕੱਢ ਦਿੱਤਾ ਹੈਗਾ, ਤਾਂ ਇਹ ਇਲਜ਼ਾਮਬਾਜ਼ੀਆਂ ਇੱਕ ਦੂਜੇ ਦੇ ਉੱਪਰ ਚੱਲਦੀਆਂ ਰਹਿਣਗੀਆਂ, ਇਹ 2022 ਤੱਕ ਲੱਗੀ ਜਾਣਗੀਆਂ, ਉਦੋਂ ਗਾਹਾਂ ਵੀ ਲੱਗੀ ਜਾਣੀਆਂ ਨੇ। ਜਿਹੜਾ ਇਸ ਤਰ੍ਹਾਂ ਦਾ ਕਹਿਣਾ ਕਈ ਵਾਰੀ ਸਿਆਸੀ ਆਗੂ ਦਾ ਬੜਾ ਅਜੀਬ ਕਿਸਮ ਦਾ ਕੰਮ ਹੁੰਦਾ ਕਿ ਨੂੰਹੇ ਕੰਨ ਕਰੀ ਧੀਏ ਗੱਲ ਸੁਣੀ, ਕਹਿਣਾ ਕਿਸੇ ਨੂੰ ਹੁੰਦਾ, ਸੁਣਾਉਣਾ ਕਿਸੇ ਨੂੰ ਹੁੰਦਾ ਹੈਗਾ। ਸੋ ਜਾਖੜ ਸਾਹਿਬ ਨੇ ਕੱਲ੍ਹ ਜਿਹੜਾ ਦਰਦ ਆਪਦਾ ਉੱਥੇ ਬਿਆਨ ਕੀਤਾ ਉਹ ਵਾਕਈ ਲੱਗਦਾ ਸੀਗਾ ਕਿ ਉਹਨਾਂ ਦੇ ਨਾਲ ਕਾਫੀ ਉਹਨਾਂ ਨੂੰ ਜਿਹੜਾ ਉਹ ਚਾਹੁੰਦੇ ਸੀ ਮਨਸੂਬੇ ਆਪਦੇ ਜਾਂ ਜਿਹੜੇ ਕਦਮਾਂ 'ਤੇ ਉਹ ਕੰਮ ਕਰਨਾ ਚਾਹੁੰਦੇ ਸੀ ਉਹ ਅਫਸਰਸ਼ਾਹੀ ਨੇ ਨੀ ਨੇੜੇ ਹੋਣ ਦਿੱਤੇ। ਇਸੇ ਕਰਕੇ ਉਹਨਾਂ ਨੇ ਕੈਪਟਨ ਸਾਹਿਬ ਨੂੰ ਕਿਹਾ ਕਿ ਅੱਜ ਦੀ ਸਥਿਤੀ ਨੂੰ ਦੇਖੋ, ਤੁਹਾਨੂੰ MLA'ਆਂ ਅਤੇ ਦੂਜਿਆਂ ਤੋਂ ਨਵਜੋਤ ਸਿੱਧੂ ਨੂੰ ਇੱਕੇ ਦਮ ਸਾਰਿਆਂ ਨੇ ਹੱਥਾਂ 'ਤੇ ਚੱਕ ਲੈਣਾ, ਇੱਕੇ ਦਮ 58 ਵਿਅਕਤੀਆਂ ਨੇ ਸਾਈਨ ਕਰ ਦੇਣੇ MLA'ਆਂ ਨੇ, ਇਹ ਚਾਹੀਦੇ ਤਾਂ 59 ਹੀ ਹੈਗੇ, ਇੱਕ ਨਵਜੋਤ ਸਿੰਘ ਸਿੱਧੂ ਆਪ ਹੋ ਗਿਆ। ਇਹ ਸਾਰਾ ਕੁਛ ਜਿਹੜਾ ਹੋਇਆ ਹੈਗਾ ਇਹ ਤੋਂ ਸਬਕ ਲੈਣਾ ਚਾਹੀਦਾ ਕਿ ਕਿਵੇਂ ਕਾਂਗਰਸੀ MLA'ਆਂ ਦੇ ਵਿੱਚ ਨਿਰਾਸ਼ਤਾ ਸੀ, ਲਾਲ ਫੀਤਾ ਸ਼ਾਹੀ ਉਹਨਾਂ ਨੂੰ ਕੰਮ, ਕੈਪਟਨ ਸਾਹਿਬ ਨੇ ਲਾਲ ਫੀਤਾ ਸ਼ਾਹੀ ਨੂੰ ਉੱਪਰ ਚੱਕਿਆ ਹੋਇਆ ਸੀ, ਜਿਹੜੀ ਥਾਵਾਂ ਦੇ ਉੱਤੇ ਰੁਤਬੇ MLA'ਆਂ ਨੂੰ ਦੇਣੇ ਬਣਦੇ ਸੀ ਉੱਥੇ ਵੀ ਉਹਨਾਂ ਨੇ ਜਿਹੜੀ ਇਹ ਲਾਲ ਫੀਤਾ ਸ਼ਾਹੀ ਆ ਉਹਨਾਂ ਨੂੰ ਰੁਤਬੇ ਦਿੱਤੇ। ਇਸੇ ਕਰਕੇ ਕੈਪਟਨ ਸਾਹਿਬ ਦੇ ਵਿੱਚ ਜਿਹੜੀ ਨਿਰਾਸ਼ਤਾ ਪੈਦਾ ਹੋ, ਕਾਂਗਰਸੀ ਵਿਧਾਇਕਾਂ 'ਚ ਕੈਪਟਨ ਸਾਹਿਬ ਪ੍ਰਤੀ ਨਿਰਾਸ਼ਤਾ ਪੈਦਾ ਹੋਈ ਜਿਹੜੀ ਮਾੜੀ ਸੀ, ਉਹਦੇ ਤੋਂ ਸ਼ਾਇਦ ਕੈਪਟਨ ਸਾਹਿਬ ਹੁਣ ਭਵਿੱਖ ਦੇ ਵਿੱਚ ਬਦਲ ਜਾਣਗੇ, ਆਪਦਾ ਸੁਭਾਅ ਬਦਲ ਲੈਣਗੇ, ਇਹ ਸਮਾਂ ਦੱਸੇਗਾ।
ਟੈਲਰ ਸਾਹਿਬ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕੁਝ ਕਿਸਾਨ ਜਥੇਬੰਦੀ ਦੇ ਜਿਹੜੇ ਆਗੂ ਨੇ ਉਹ ਵਿਰੋਧ ਕਰ ਰਹੇ ਨੇ ਅਤੇ ਜਿੱਥੇ ਵੀ ਉਹ ਜਾਂਦੇ ਨੇ ਉੱਥੇ ਵੀ ਜਿਹੜੇ ਕਿਸਾਨ ਆਗੂ ਨੇ ਉਹ ਵੀ ਜਿਹੜੇ ਲਗਾਤਾਰ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਹਦੇ ਬਾਰੇ ਕੀ ਕਹਿਣਾ? ਦੇਖੋ, ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਜਦੋਂ ਉੱਥੇ ਆਪਦਾ ਉਹਦਾ ਸੰਭਾਲ ਸਮਾਗਮ ਸੀਗਾ, ਉਹਦੇ ਵਿੱਚ ਉਹ ਬੋਲਿਆ, ਉਹਨਾਂ ਨੇ ਇੱਕ ਸ਼ਬਦ ਵਰਤਤਾ ਕਿ ਪਿਆਸਾ ਕੂਏ ਕੋਲ ਜਾਂਦਾ ਹੁੰਦਾ, ਕੂਆ ਨਹੀਂ ਪਿਆਸੇ ਕੋਲ ਆਉਂਦਾ ਹੁੰਦਾ, ਉਹਦੇ ਮਾਣੇ ਜਿਹੜੇ ਹੈਗੇ ਉਹ ਜਵਾਨ ਫੁਸਲ ਗਈ ਜਾਂ ਜੋ ਵੀ ਹੈ ਉਹ ਕਹਿ, ਪਰ ਉਹਨੇ ਕੱਲ੍ਹ ਜਦੋਂ ਕਿਸਾਨਾਂ ਦੇ ਉੱਤੇ ਲਾਇਆ ਕਿ ਕਿਸਾਨਾਂ ਦਾ ਅੰਦੋਲਨ ਪਵਿੱਤਰ ਹੈ, ਇਹਨੂੰ ਕੁਛ ਨਾ ਕੁਛ ਕਰਨਾ ਪੈਣਾ ਹੈਗਾ, ਅੱਜ ਉਹਨਾਂ ਨੇ ਫਿਰ ਜਦੋਂ ਉਹਨਾਂ ਦਾ ਵਿਰੋਧ ਵੀ ਹੋਇਆ, ਸ਼ਾਇਦ ਉੱਥੇ ਗਏ ਸੀ ਉਹ ਚਮਕੌਰ ਸਾਹਿਬ, ਲੇਕਿਨ ਉਹਨਾਂ ਨੇ ਉੱਥੇ ਕਿਹਾ ਹੈਗਾ ਕਿ ਮੈਂ ਅੱਜ ਵੀ ਕਹਿੰਦਾ ਕਿ ਉਹ ਮੇਰੇ ਪਿਤਾ ਸਮਾਨ ਨੇ, ਮੇਰੇ ਸਤਿਕਾਰਯੋਗ ਨੇ, ਸਾਰੇ ਕਿਸਾਨ ਆਗੂ, ਮੈਂ ਉਹਨਾਂ ਨਾਲ ਗੱਲ ਕਰਕੇ ਉੱਥੇ ਜਾਵਾਂਗਾ, ਉਹਨਾਂ ਨਾਲ ਪੁੱਛਾਂਗਾ ਕਿ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ। ਇਸ ਕਰਕੇ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਪਹਿਲਾਂ ਤੋਂ ਕਿਹਾ ਹੋਇਆ ਕਿ ਸਾਡੇ ਮੰਚ 'ਤੇ ਕੋਈ ਬੰਦਾ ਨਾ ਆਵੇ, ਅਸੀਂ ਕਿਸੇ ਦੀ ਸੁਣਨੀ ਨਹੀਂ। ਇੱਕ ਅਰਵਿੰਦ ਕੇਜਰੀਵਾਲ ਨੂੰ ਛੱਡ ਕੇ ਹੋਰ ਕੋਈ ਸਿਆਸਤਦਾਨ ਤਾਂ ਉੱਥੇ ਗਿਆ ਨਹੀਂ। ਉਹਨਾਂ ਨੇ ਕਿਹਾ ਕਿ ਸਾਹਮਣੇ ਬੈਠੋ, ਸਾਡੀ ਹਮਾਇਤ ਕਰਨੀ ਆ, ਆ ਜਾਓ, ਕੋਈ ਉਹ ਨਹੀਂ। ਸੰਯੁਕਤ ਕਿਸਾਨ ਮੋਰਚਾ ਕੀ ਨਵਜੋਤ ਸਿੱਧੂ ਨੂੰ ਆਗਿਆ ਦਿੰਦਾ ਜਾਂ ਨਹੀਂ ਦਿੰਦਾ ਜਾਂ ਇਸੇ ਤਰ੍ਹਾਂ ਉਹਦਾ ਵਿਰੋਧ ਹੁੰਦਾ ਹੈਗਾ, ਇਹ ਸਮਾਂ ਦੱਸੇਗਾ। ਪਰ ਮੈਂ ਇੱਕ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਆਪਾਂ ਸਾਰਿਆਂ ਦੀ ਵਿਰੋਧ ਕਰਕੇ ਤੁਰੇ ਫਿਰਦੇ ਰਹੇ, ਸਾਨੂੰ ਇਹਨਾਂ ਦੀ ਹਮਾਇਤ ਲੈਣੀ ਪਵੇਗੀ। ਸਾਨੂੰ ਇਹ ਕਰਨਾ, ਉਹਨਾਂ ਨੇ ਆਪਣਾ ਫੈਸਲਾ ਨਹੀਂ, ਆਪਣਾ ਇੱਕ ਸੁਝਾਅ ਆ ਕਿ ਤੁਸੀਂ ਇਹਨਾਂ ਨੂੰ ਕਿਸ ਰੂਪ ਦੇ ਵਿੱਚ ਕਹਿ ਸਕਦੇ ਹੋ ਕਿ ਇਹ ਤੁਹਾਡੀ ਮਦਦ ਕਰਨ। ਵੈਸੇ ਤਾਂ ਕਿਸਾਨ ਆਗੂ ਬਹੁਤ ਵਾਰ ਕਹਿ ਚੁੱਕੇ ਨੇ ਕਿ ਜੇ ਇਹਨਾਂ ਨੇਮ ਦੀਆਂ ਨੀਤਾਂ ਸਾਫ਼ ਹੁੰਦੀਆਂ ਤਾਂ ਜਦੋਂ ਇਹ ਕਾਨੂੰਨ ਬਣੇ, ਅੱਜ ਅਕਾਲੀ ਦਲ ਜਿਹੜਾ ਵਿਰੋਧ ਕਰਦਾ ਤੁਰਿਆ ਫਿਰਦਾ ਹੈਗਾ, ਉਸ ਵੇਲੇ ਆਰਡੀਨੈਂਸ ਦੇ ਵਿੱਚ ਸ਼ਾਮਿਲ ਸੀ ਕਿ ਨਹੀਂ ਸ਼ਾਮਿਲ ਸੀਗਾ? ਉਦੋਂ ਅੱਡੀਆਂ ਚੱਕ ਚੱਕ ਕੇ ਇਹਨਾਂ ਨੇ ਕਹਾਇਆ ਕਿ ਇਹ ਤਾਂ ਜੀ ਕਾਨੂੰਨ ਹੀ ਬੜੇ ਵਧੀਆ ਨੇ, ਵੱਡੇ ਬਾਦਲ ਸਾਹਿਬ ਤੋਂ ਵੀ ਕਹਾਤਾ। ਸੋ ਜਿਹੜੇ ਰਾਜਸੀ ਆਗੂਆਂ ਦੀ ਕਹਿਣੀ ਅਤੇ ਕਰਨੀ ਦੀ ਜਦੋਂ ਫਰਕ ਚੱਲ ਰਿਹਾ ਨਾ, ਇਹਦੇ ਕਰਕੇ ਕਿਸਾਨ ਆਗੂਆਂ ਨੂੰ ਇਹਨਾਂ ਦੀ ਵਿਰੋਧ ਤਾਂ ਕਰਨੀ ਪੈ ਰਹੀ ਹੈ। ਪਰ ਜੇ ਇਹ ਅੰਦੋਲਨ ਆਪਾਂ ਜਿੱਤਣਾ ਹੈਗਾ ਤਾਂ ਸਾਰਿਆਂ ਨੂੰ ਛੱਡ ਦਿਓ, ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ, ਬਾਕੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈ ਸਕਦਾ ਹੈਗਾ। ਇਹਦੇ ਬਾਰੇ ਆਪਣਾ ਕੋਈ ਉਹ ਨਹੀਂ ਹੈਗਾ, ਇਹ ਤਾਂ ਸਾਰੇ ਦਾ ਸਾਰਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੇਗਾ ਕਿ ਇਹਨਾਂ ਨੂੰ ਆਗਿਆ ਦੇਣੀ ਹੈ, ਇਹਨਾਂ ਨੂੰ ਆਗਿਆ ਨਹੀਂ ਦੇਣੀ, ਇਹਨਾਂ ਆਗੂਆਂ ਨੂੰ ਇਹਨਾਂ ਨਾਲ ਬਹਿਣਾ ਨਹੀਂ ਬਹਿਣਾ, ਇਹ ਆਪਣਾ ਕੰਮ ਨਹੀਂ ਹੈਗਾ, ਇਹ ਤਾਂ ਉਹਨਾਂ ਦਾ ਫੈਸਲਾ। ਪਰ ਜਦੋਂ ਵੱਡੇ ਸੰਘਰਸ਼ਾਂ ਦੇ ਵਿੱਚ ਮੇਰੀ ਇੰਨੀ ਕੁ ਸੁਝਾਅ ਜ਼ਰੂਰ ਹੈਗਾ ਕਿ ਜੇ ਕੋਈ ਸਾਡੀ ਮਦਦ ਕਰਨਾ ਚਾਹੁੰਦਾ ਤਾਂ ਉਹਦੀ ਮਦਦ ਲੈ ਲੈਣੀ ਚਾਹੀਦੀ ਹੈ। ਧੰਨਵਾਦ ਜੀ, ਇਹ ਸਨ ਜਸਪਾਲ ਸਿੰਘ ਢਿੱਲੋਂ। ਜਦੋਂ ਕਿ ਹੁਣ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ ਕਿ ਮੈਂ ਨੰਗੇ ਪੈਰੀ ਕਿਸਾਨੀ ਅੰਦੋਲਨ ਦੇ ਵਿੱਚ ਜਾਣ ਲਈ ਤਿਆਰ ਹਾਂ, ਪਰ ਹੁਣ ਕਿਸਾਨ ਜਥੇਬੰਦੀਆਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਲੈਂਦੀਆਂ ਨੇ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾਮੈਨ ਵਿਰਕ ਦੇ ਨਾਲ ਮੈਂ ਸੁਖਵੀਰ ਭੰਗੂ ਪਟਿਆਲਾ। D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ 'ਤੇ।